ਬਾਜੀਆਂ ਅੱਜ ਇੱਥੇ ਦੋ ਬਾਜੀਆਂ, ਇੱਕ ਹੋਰ ਇੱਥੇ ਲੱਗੇ ਬੈਠਦੇ ਨੇ ਕਿਹੜੇ ਆ? ਬਾਜੀਆਂ ਤਾਂ ਭਾਜੀ ਬਹੁਤ ਵਾ ਸਾਡੇ ਲਾਗੇ, ਸਾਡੇ ਲਾਗੇ ਵੀ ਉੱਪਰ ਬੰਗੀਆਂ ਦੇ ਨਹੀਂ, ਇੱਕ ਤਾਂ ਪਾਂਡਵੇ ਵੀ ਹੈ, ਪਾਂਡਵੇ ਨਹੀਂ ਪਾਂਡਵੇ ਨਹੀਂ ਜੀ ਹੈਗੀ ਕਹਿੰਦੇ ਪਾਂਡਵੇ ਕੋਈ ਨਹੀਂ ਯਾਰ, 16 ਆ ਅੱਜ, ਹਾਂਜੀ 16 ਆ, 16 ਮੈਂ ਇੱਕ ਘੁੜਕੇ ਸੀ ਅੱਜ, ਇੱਕ ਪਾਂਡਵੇ ਆ, 16 ਦੀ ਦੋਨੇ ਥਾਂ 16 ਦੀ ਪਤਾ ਨਹੀਂ ਭਾਜੀ ਬਾਕੀ ਯਾਰ ਆਪਾਂ ਨੂੰ ਇੱਥੇ ਐਂਟਰੀ ਕਿੰਨੀ ਪਾਉਣ, ਇੱਥੇ ਐਂਟਰੀ ਭਾਜੀ 2200, ਐਂਟਰੀ ਜ਼ਿਆਦਾ ਨਹੀਂ, ਢੜਵਾੜੀ 10,000 ਸੀਗੀ, ਉੱਥੇ ਨਾਮ ਵੀ ਵੱਡਾ ਸੀ, ਇਹ ਨਹੀਂ ਭਾਜੀ ਹੁੰਦੀ ਗੱਲ, ਮਾਲਵੇ 'ਚ ਲੰਘਾਈ ਗਈ ਸੀਗੀ, ਇੱਥੇ ਕਿੰਨੇ 2 ਐਂਟਰੀ ਸੀਗੀ, ਜੀਪ ਦਿੱਤੀ ਉਹਦੀ, ਕਿੰਨੀ ਐਂਟਰੀਆਂ ਇੱਥੇ ਹੋ ਗਈਆਂ ਇੱਥੇ? ਪਤਾ ਨਹੀਂ ਬੋਲੀ ਪਰ ਉੱਤਰ ਮੈਨੂੰ ਲੱਗਦਾ ਉਹ ਘੱਟੋ ਘੱਟ 70-80 ਉੱਡੇ ਆ, 70-80 ਫੁੱਟ, ਉਹ ਪਰਸੈਂਟਾਂ ਦੇ ਹਿਸਾਬ ਨਾਲ ਜਿੱਤ ਦੇਣੀ ਇਹ। ਕਿੰਨੇ ਵਜੇ ਸਵੇਰੇ ਉੱਡ ਜਾਂਦੇ ਸਵੇਰੇ? 7 ਵਜੇ, 7 ਵਜੇ ਚੜ੍ਹੇ ਆ, 3 ਵਜੇ ਤੱਕ ਵਿੱਧਰ, ਜੇ ਮੌਸਮ ਠੰਡਾ ਹੋ ਜਾਵੇ 7 ਤੋਂ 7 ਵੀ ਉੱਡ ਜਾਂਦੇ। ਅੱਛਾ ਚੱਲ ਠੀਕ ਹੈ ਮੇਰਾ ਵੀਰ, ਧੰਨਵਾਦ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਸਾਹਿਬ ਬਹਾਦਰ, ਬਾਜੀ ਦਾ ਇੱਥੇ ਚੱਲਣ ਡਈ ਆ, ਤਾਂ ਉਹੀ ਕਹਿੰਦੇ ਬਾਈ ਜੀ, ਮੈਂ ਅਜੇ ਵੀ ਪਿੰਡ ਦੇ ਬਾਹਰ ਆ ਕੇ ਖੜਾ ਆ, ਤੁਸੀਂ ਕਹਿੰਦੇ ਚੱਲ ਦੇ ਮੈਨੂੰ, ਮੇਰੇ ਕੋਲ ਲਿਆਓ ਤਾਂ ਬੰਦਾ ਮੈਂ ਇੱਥੇ ਭੇਜੋ ਦੂਗਾ ਜੀ, ਮੈਂ ਬਾਹਰ ਖੜਾ ਪਿੰਡ ਦੇ ਬਾਹਰ ਵਾਪਸ ਲੈਂਦਾ। ਤੁਸੀਂ ਏਦਾਂ ਕਰੋ, ਕਿੰਨਾ ਚਿਰ ਤੁਸੀਂ ਇੱਥੇ? ਮੈਂ ਤਾਂ 5-7 ਮਿੰਟ ਰੋਕ ਲੈਣਾ, ਕਿਉਂ ਮੈਂ ਡਿਊਟੀ ਅਫਸਰ, ਉੱਧਰ ਝਗੜਾ ਹੋਣ ਡਿਆ ਬੜੇ ਪਿੰਡ ਰੋਡ ਤੇ। ਅੱਛਾ ਜੀ, ਹਾਂ ਮੈਂ ਉੱਧਰ ਨੂੰ ਚੱਲਿਆ। ਚਲੋ ਦੂਜੇ ਮੁੰਡੇ ਨੂੰ ਕਿਉਂਕਿ ਫਰਮਾਇਸ਼ਾਂ ਪੈਣ ਡਈਆਂ ਸੀਗੀਆਂ ਜੀ, ਰਹਿਣ ਦਿਓ ਕਬੂਤਰਾਂ ਬਾਜੀ ਚੱਲ ਲੈਂਦੇ, ਮੈਂ ਤਾਂ ਤੁਹਾਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਨਹੀਂ ਚੱਲਦੀ ਪਰ ਮੁੰਡੇ ਨੂੰ ਫਰਮਾਇਸ਼ਾਂ ਪੈਣੀਆਂ। ਕੌਣ ਕਹਿੰਦਾ ਫਰਮਾਇਸ਼ਾਂ ਪੈਣੀਆਂ? ਸਾਡੇ ਕਹਿੰਦੇ ਦੂਜੇ ਮੁੰਡੇ ਨੂੰ ਫਰਮਾਇਸ਼ਾਂ ਪੈਣ ਡੀਆਂ ਨਾ, ਕਿ ਤੁਸੀਂ ਨਾ ਕਰੋ ਸ਼ਿਕਾਇਤ, ਬਾਜੀ ਚੱਲ ਲੈਂਦੇ ਹੋ। ਅੱਛਾ ਹਾਂਜੀ, ਪਤਾ ਕੀ ਆ, ਜਦੋਂ ਕਿਤੇ ਤੁਸੀਂ ਲੰਘੇ ਹੋਊਗੇ ਜਾਂ ਦੂਜਾ ਹੋਊਗਾ ਉਸ ਵੇਲੇ ਕਿਤੇ ਹੋਣਾ ਹੈ, ਜਦ ਬਦਰ ਸਵੇਰੇ 6 ਵਜੇ ਦੇ ਕਬੂਤਰ ਉੱਡੇ ਆ। ਉਹ ਭਾਈ ਦਾ ਸਾਨੂੰ ਤਾਂ ਜਦੋਂ ਕਾਲ ਆਇਆ ਕੋਈ ਮੈਸੇਜ, ਮੈਂ ਤਾਂ ਉਦੋਂ ਆਇਆ, ਠੀਕ ਹੈ, ਮੈਂ ਤਾਂ ਹੁਣ ਵੀ ਘੁੰਮ ਕੇ, ਮੇਰਾ ਖਿਆਲ ਆ ਵੀ ਤਕਰੀਬਨ ਜਦੋਂ ਦਾ ਤੁਹਾਨੂੰ ਕਾਲ ਕੀਤੀ ਆ ਉਸ ਵੇਲੇ ਮੈਂ ਪਿੰਡ ਦੇ ਵਿੱਚ ਖੜਾ ਸੀ ਆ ਕੇ। ਚਲੋ ਕੋਈ ਨੀ, ਤੁਸੀਂ ਏਦਾਂ ਕਰੋ, ਤੁਸੀਂ ਜਦ ਤੱਕ ਲੜਾਈ ਲਵੇਲ ਲੋ, ਫਿਰ ਅਸੀਂ ਆਉਂਦੇ ਮੌਕੇ ਤੇ ਫਿਰ ਲਾਈਵ ਕਰਦੇ ਆਪਾਂ।